ਸ਼ਾਵਾ ਸੇ ਅਬਦੁਲ ਰਹਿਮਾਨ ਬਿਜਲੀ ਤਿਆਰੀ ਕਰਦੇ ਹੋਏ ਕਬੱਡੀ ਲਓ ਜੀ ਅਸ਼ਫਾਕ ਅਹਿਮਦ ਪੱਠਾ ਸਾਡਾ ਇੰਟਰਨੈਸ਼ਨਲ ਪਲੇਅਰ ਇਮਰਾਨ ਬਾਜਵਾ ਸਾਹਿਬ ਨਾਲ ਮੁਸ਼ਾਵਰਤ ਕਰ ਰਹੇ ਨੇ ਹੁਣ ਕਬੱਡੀ ਪਾਉਣ ਦੇ ਇਮਰਾਨ ਬਾਜਵਾ ਸਾਹਿਬ ਦੀ ਸਪੈਸ਼ਲੀ ਦਾਵਤ 'ਤੇ ਸਾਡੇ ਅਸ਼ਫਾਕ ਪੱਠਾ ਸਾਹਿਬ ਕਮਾਲਪੁਰ ਬਾਜਵਾ ਦੇ ਪਿਛਲੇ ਸਾਲ ਵੀ ਖੇਡੇ ਹਨ ਅਤੇ ਐਤਕੀ ਵੀ ਆ ਇਸ ਮੈਦਾਨ ਦੇ ਅੰਦਰ ਦੰਗਲ ਲੜਨ ਦੇ ਅਤੇ ਬਿਜਲੀ ਵੀ ਨਾਲ ਮੌਜੂਦ ਹੈ। ਅੱਛਾ ਬਾਸ਼ੇ ਲਓ ਜੀ ਬਿਜਲੀ ਕੜਕਣ ਲੱਗੀ ਹੈ ਕਮਾਲਪੁਰ ਬਾਜਵਾ ਦੇ ਅੰਦਰ, ਕਮਾਲ ਦਿਖਾਉਣ ਲੱਗੀ ਆਪਣਾ। ਦੇਖੋ ਸਾਹਮਣੇ ਨਾਲ ਸੱਪ ਅਤੇ ਮੁਕਾਬਲਾ ਬੜਾ ਸਖਤ ਹੈ, ਜੋੜ ਤਗੜਾ। ਦੇਖੋ ਪਹਿਲੇ ਵੀ ਬਿਜਲੀ ਨੇ ਦੋ ਤਿੰਨ ਭਲਵਾਨਾਂ ਨੂੰ ਲਤਾੜ ਦਿੱਤਾ ਅਤੇ ਫਿਰ ਦੁਬਾਰਾ ਸਾਰਿਆਂ ਦੀ ਫਰਮਾਇਸ਼ 'ਤੇ ਦੁਬਾਰਾ ਬਿਜਲੀ ਨੂੰ ਕਿਹਾ ਕਬੱਡੀ ਪਾਈ ਜਾਏ। ਅਤੇ ਐਚ ਵਿੰਡਾ ਮਹਾਸ ਤੋਂ ਤੁਹਾਨੂੰ ਅਸੀਂ ਲਾਈਵ ਮਨਾਜ਼ਰ ਦਿਖਾ ਰਹੇ ਹਾਂ ਕਮਾਲਪੁਰ ਬਾਜਵਾ ਗਾਓਂ ਦੇ ਅੰਦਰ। ਹਰ ਸਾਲ ਦੰਗਲ ਹੁੰਦਾ ਬੜਾ, ਔਰ ਸਾਡੇ ਪੇਜ ਨੂੰ ਵੀ ਤੁਸੀਂ ਲਾਈਕ ਕਰੋ ਔਰ ਕਮੈਂਟਸ ਵੀ ਕਰੋ ਔਰ ਨਾਲ ਸ਼ੇਅਰ ਵੀ ਕਰੋ। ਸ਼ਾਵਾ ਸ਼ੁਰੂ ਹੋ ਗਈ ਜੰਗ ਬਾਈ, ਇੱਥੇ ਬਾਈ ਇੱਥੇ ਬਿਜਲੀ ਨੂੰ ਦੁਬਾਰਾ ਕਿਹਾ ਕਿ ਉੱਥੇ ਆਓ ਆਪਣੀ ਜਗ੍ਹਾ, ਲਓ ਜੀ ਵਾਪਸ ਆਓ ਜੀ। ਇਮਰਾਨ ਬਾਜਵਾ ਸਾਹਿਬ, ਕੈਸਰ ਬਾਜਵਾ ਸਾਹਿਬ, ਉਮਰ ਔਰ ਤਮਾਮ ਕਮੇਟੀ, ਇਤਿਹਾਦ ਕਮੇਟੀ ਕਮਾਲਪੁਰ ਬਾਜਵਾ ਦੇ ਇੰਤਜ਼ਾਮੀਆਂ ਇੱਥੇ ਮੌਜੂਦ ਹੈ ਔਰ ਖਾਸ ਤੌਰ 'ਤੇ ਸਾਡੇ ਗੁਲਾਮ ਆਬਾਦ ਸਾਹਿਬ, ਚੇਅਰਮੈਨ ਅਲ ਮਦੀਨਾ ਸੋਸਾਇਟੀ ਆਫ ਡਸਕਾ, ਉਹ ਆਪਣੀ ਸੰਗਤ ਦੇ ਨਾਲ ਵੀ ਤਸ਼ਰੀਫ ਫਰਮਾ ਨੇ ਔਰ ਬੜਾ ਕਰਾਊਡ ਹੈ ਔਰ ਕਾਫੀ ਤੁਸੀਂ ਕਰਾਊਡ ਦੇਖ ਰਹੇ ਹੋ, ਬੜੇ ਸ਼ਾਇਕੀਨ ਇੱਥੇ ਮੌਜੂਦ ਨੇ ਕਮਾਲਪੁਰ ਬਾਜਵਾ ਦੀ ਇਸ ਸਰਜ਼ਮੀਨ 'ਤੇ। ਬੜਾ ਦੰਗਲ ਅਸ਼ਫਾਕ ਪੱਠਾ ਦੇ ਨਾਲ ਬਹੁਤ ਵੱਡੀ ਟੀਮ ਔਰ ਪਟੇਰਾ ਵੀ ਇੱਥੇ ਮੌਜੂਦ ਹੈ, ਉਹ ਇਸ ਤੋਂ ਪਹਿਲੇ ਵੀ ਕਬੱਡੀ ਪਾ ਚੁੱਕਿਆ, ਹੁਣ ਦੁਬਾਰਾ ਫਿਰ ਸ਼ੁਰੂ ਹੋ ਗਿਆ ਜਿੱਦਾਂ। ਸ਼ਾਬਾ ਓਏ ਓਏ ਹੋਏ ਹੋਏ, ਲੈ ਬਾਈ ਬੜੇ ਗਰਮ ਨੇ ਦੋਵੇਂ ਭਲਵਾਨ, ਬੜੇ ਹੀ ਤਕੜੇ ਨੇ। ਲੈ ਬਾਈ ਬੱਲੇ ਹੋ ਬੱਲੇ ਤੇਰਾ, ਲੈ ਬਾਈ ਨੱਠਣ ਨਹੀਂ ਦੇਣਾ, ਨੱਠੀ ਆਵੇ ਨੱਠੀ ਆ ਬੰਦ। ਸ਼ਾਬਾ ਉੱਥੇ ਵਾਪਸ ਬਾਈ ਆਪਣੀ ਜਗ੍ਹਾ 'ਤੇ। ਸ਼ਾਬਾ ਲਓ ਜੀ ਦੁਬਾਰਾ ਫਿਰ ਸ਼ੁਰੂ ਹੋ ਗਿਆ ਕੰਮ। ਅੱਛਾ ਬਾਸ਼ੇ ਵੇਖ ਕੇ ਬਾਈ ਵੇਖ ਕੇ, ਇਹ ਲੱਗ ਗਈ ਏ ਦੁਬਾਰਾ ਫਿਰ ਬਿਜਲੀ ਕੜਕਣ ਡਿਆ ਪਈ ਏ, ਬਿਜਲੀ ਕੜਕਣ ਡਿਆ ਪਈ ਏ ਜੀ ਬਿਜਲੀ। ਅੱਛਾ ਬਾਸ਼ੇ ਜੀ ਲਓ ਜੀ ਕਮਾਲਪੁਰ ਬਾਜਵਾ ਇਤਿਹਾਦ ਕਮੇਟੀ ਵੱਲੋਂ ਮੈਂ ਹਮਾਰੇ ਬਹੁਤ ਹੀ ਜ਼ਬਰਦਸਤ ਇਤਿਹਾਦ ਕਮੇਟੀ ਵਾਲੇ ਜੋ ਨੌਜਵਾਨ ਹੈ, ਉਹਨਾਂ ਨੇ ਆਪਣੇ ਆਉਣੇ ਵਾਲੇ ਮੌਜੂਦ ਮਹਿਮਾਨੋਂ ਕੋ ਸ਼ਾਨਦਾਰ ਪੁਤਪਾਕ ਫੂਲੋਂ ਕੇ ਹਾਰ ਗਲੇ ਮੇਂ ਡਾਲ ਕਰ ਇਸਤਕਬਾਲ ਕੀਆ। ਅਲੀ ਚੌਧਰੀ, ਅਲੀ ਬਾਜਵਾ ਚੌਧਰੀ, ਸ਼ੇਰ ਬਾਜਵਾ, ਤਮਾਮ ਬਾਜਵਾ ਚੌਧਰੀ, ਅਲੀ ਬਾਜਵਾ ਚੌਧਰੀ, ਕੈਸਰ ਬਾਜਵਾ ਸਾਹਿਬ, ਚੌਧਰੀ ਸ਼ੇਰ ਬਾਜਵਾ ਨੇ ਔਰ ਕਬੱਡੀ ਰੋਕ ਦੇ ਬਈ, ਕਬੱਡੀ ਰੋਕ ਦੇ ਬਈ ਨੌਜਵਾਨੋ। ਚੌਧਰੀ ਉਮਰ ਮਲਕ ਸਾਹਿਬ ਸਾਡੇ ਅੱਜ ਦੇ ਚੀਫ ਗੈਸਟ, ਚੌਧਰੀ ਮਹਿਬੂਬ ਬਾਜਵਾ ਸਾਹਿਬ ਕਵੇਤਾ ਨੇ ਬਈ ਇੱਕ ਵਾਰੀ ਪੂਰੀਆਂ ਸੰਗਤਾਂ ਦੇ ਨਾਲ ਮਦੀਨਾ ਸੋਸਾਇਟੀ ਆਫ ਡਸਕਾ ਗੁਲਾਮ ਆਬਾਦ ਸਾਹਿਬ ਦਾ ਸ਼ਾਨਦਾਰ ਪੁਤਪਾਕ ਇਸਤਕਬਾਲ ਕੀਤਾ ਜਾ ਰਿਹਾ।
ਕਮਾਲਪੁਰ ਬਾਜਵਾ ਦੀ ਸਰਜ਼ਮੀਨ 'ਤੇ ਬੜੇ ਦੰਗਲ ਦੇ ਵਿੱਚ ਇਮਰਾਨ ਬਾਜਵਾ ਸਾਹਿਬ ਔਰ ਕੈਸਰ ਬਾਜਵਾ ਔਰ ਉਹਨਾਂ ਦੀ ਪੂਰੀ ਇਤਿਹਾਦ ਕਮੇਟੀ ਨੇ ਸਪੈਸ਼ਲੀ ਫੁੱਲਾਂ ਦੇ ਹਾਰ ਗਲੇ 'ਚ ਪਾ ਕੇ ਅਤੇ ਸ਼ਾਨਦਾਰ ਅਤੇ ਪੁੱਤਪਾਕ ਇਸਤਕਬਾਲ ਕੀਤਾ ਔਰ ਇਸ ਕਬੱਡੀ ਦੇ ਮੈਚ ਨੂੰ ਸਟਾਰਟ ਕਰਨ ਤੋਂ ਪਹਿਲੇ ਉਹਨਾਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਸ਼ਾਨਦਾਰ ਪੁੱਤਪਾਕ ਇਸਤਕਬਾਲ ਕੀਤਾ। ਕਮਾਲਪੁਰ ਬਾਜਵਾ ਤੁਹਾਨੂੰ ਇਹ ਬਰਾਏ ਰਾਸਤ ਦੱਸ ਰਿਹਾ ਮਨਾਜ਼ਰ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹਾਂ ਆਪਕਾ ਮੇਜ਼ਬਾਨ ਜ਼ੁਬੈਰ ਅਹਿਮਦ ਸਦੀਕੀ, ਆਪ ਦੇਖ ਰਹੇ ਹਾਂ ਚਵਿੰਡਾ ਮਹਾਸ। ਮੈਂ ਇਸ ਵਕਤ ਕਮਾਲਪੁਰ ਬਾਜਵਾ ਸਰਜ਼ਮੀਨ 'ਤੇ ਮੌਜੂਦ ਹਾਂ ਜਿੱਥੇ ਕਮਾਲਪੁਰ ਬਾਜਵਾ ਬੜਾ ਦੰਗਲ ਹੋ ਰਿਹਾ ਕਬੱਡੀ ਦਾ ਔਰ ਇੰਟਰਨੈਸ਼ਨਲ ਮਰੂਫ ਕਬੱਡਰ ਤਸ਼ਰੀਫ ਫਰਮਾਨ ਹੈ ਇਸ਼ਫਾਕ ਭੱਠਾ ਅਬਦਰਮਾਨ ਅਲ ਮਰੂਫ। ਬਿਜਲੀ ਕੜਕਦੀ ਹੈ ਪਈ ਮੈਦਾਨ ਦੇ ਅੰਦਰ, ਪਹਿਲੇ ਵੀ ਇਹ ਕਬੱਡੀਆਂ ਪਾ ਚੁੱਕੇ ਨੇ ਹੁਣ ਵੀ, ਔਰ ਸਾਡੇ ਚਵਿੰਡਾ ਮਹਾਸ ਦੇ ਪੇਜ ਨੂੰ ਵੀ ਫਾਲੋ ਕਰੋ, ਲਾਈਕ ਕਰੋ ਔਰ ਅਗਰ ਵੀਡੀਓ ਪਸੰਦ ਆਏ ਤਾਂ ਸ਼ੇਅਰ ਵੀ ਕਰੋ। ਔਰ ਮਹਿਮਾਨਾਂ ਨੇ ਗ੍ਰਾਮੀਣ ਤਸ਼ਰੀਫ ਲਿਆ ਚੁੱਕੇ ਨੇ, ਡਸਕਿਓਆ ਅਲ ਮਦੀਨਾ ਸੁਸਾਇਟੀ ਵਾਲੇ ਗੁਲਾਮ ਅਬਾਸ ਸਾਹਿਬ ਆਪਣੀ ਟੀਮ ਦੇ ਨਾਲ ਔਰ ਇਮਰਾਨ ਬਾਜਵਾ ਸਾਹਿਬ ਦੁਬਈ ਵਾਲੇ ਔਰ ਕੈਸਰ ਬਾਜਵਾ ਸਾਹਿਬ, ਇਹਨਾਂ ਦੀ ਇਤਿਹਾਦ ਕਮੇਟੀ ਜਿਹੜੀ ਕਮਾਲਪੁਰ ਬਾਜਵੇ ਦੀ ਬਣੀ ਹੈ, ਸਪੈਸ਼ਲੀ ਇਹ ਦੰਗਲ ਇੱਥੇ ਇਹਤਮਾਮ ਕੀਤਾ ਗਿਆ ਹੈ। ਔਰ ਦੇਖੋ ਤੁਸੀਂ ਇਹ ਕਬੱਡੀ ਦਾ ਮੈਚ, ਤੁਹਾਨੂੰ ਬਰਾਏ ਰਾਸਤ ਦਿਖਾਉਂਦੇ ਹਾਂ ਅਤੇ ਚਵਿੰਡਾ ਮਹਾਸ ਅਤੇ ਅੱਛਾ ਬਾਸ਼ ਬਈ ਸ਼ੁਰੂ ਹੋ ਗਿਆ ਬਾਈ, ਸ਼ੁਰੂ ਹੋ ਗਿਆ ਕੰਮ, ਇਹ ਤਾਂ ਮੈਨੂੰ ਵੀ ਕ੍ਰਾਸ ਕਰ ਗਏ ਨੇ। ਅੱਛਾ ਬਾਸ਼ੇ ਨੀ ਕੌਡੀ ਸ਼ਾਵਾ ਸ਼ਾਵਾ, ਚਪੇੜਾਂ ਵਾਲੀ ਕਬੱਡੀ ਓਏ ਸ਼ਾਵਾ ਸ਼ਾਵਾ, ਨਹੀਂ ਵਿੱਚ ਆਸਾ ਹੀ ਹਮਾਰੇ ਇਮਰਾਨ ਬਾਜਵਾ ਸਾਹਿਬ ਜਿਨਕੀ ਫਰਮਾਇਸ਼ ਪੇ ਸਪੈਸ਼ਲੀ ਜੇ ਬੁਲਾਏ ਗਏ ਲੋ ਜੀ, ਦੁਬਾਰਾ ਫੇਰ ਨਾਰਾਜ਼ ਨਹੀਂ ਹੋਣਾ, ਨਾਰਾਜ਼ ਨਹੀਂ ਹੋਣਾ, ਉਹ ਲੜਨਾ ਨਹੀਂ, ਲੜਨਾ ਨਹੀਂ, ਲੜਨਾ ਨਹੀਂ, ਆਪਸ ਲੜਨਾ ਨਹੀਂ, ਲੜਨਾ ਨਹੀਂ, ਆਰਾਮ ਨਾਲ ਪਿਆਰ ਨਾਲ ਪਿਆਰ ਲੜਨਾ ਨਹੀਂ। ਇਮਰਾਨ ਭਾਈ ਸਾਡੇ ਦੁਬਈ ਵਾਲੇ ਜਨਾਬ, ਸਪੈਸ਼ਲੀ ਇਹਨਾਂ ਦੀ ਫਰਮਾਇਸ਼ ਤੇ ਬਿਜਲੀ ਇੱਥੇ ਅੱਜ ਕੜਕ ਰਹੀ ਹੈ ਦੰਗਲ ਦਾ ਸਮਾਂ। ਅਸੀਂ ਨੇੜ ਪਹੁੰਚੇ ਹਾਂ, ਵਜ਼ੀਰੇ ਸਿਹਤ ਆਏ ਹੋਏ ਸਨ ਉੱਥੇ ਤੋਂ ਸਰ, ਬੜੀ ਮਿਹਰਬਾਨੀ ਇਮਰਾਨ ਸਾਹਿਬ। ਚੌਧਰੀ ਅਲੀ ਬਾਜਵਾ ਸ਼ਾਵਾ ਸ਼ਾਵਾ, ਸ਼ਾਵਾ ਜੀ ਕਮਾਲਪੁਰ ਬਾਜਵੇ ਦੀ ਸਰਜ਼ਮੀਨ 'ਤੇ ਇਮਰਾਨ ਬਾਜਵਾ ਸਾਹਿਬ ਦੀ ਜ਼ੇਰੇ ਕਿਆਦਤ ਜਨਾਬ ਬਹੁਤ ਬੜਾ ਦੰਗਲ ਹੈ ਬਿਜਲੀ ਦਾ। ਅੱਲਾਹੁ ਅਕਬਰ, ਜੰਪ ਲਾਂਗ ਜੰਪਿੰਗ ਅਬਦੁਲ ਰਹਿਮਾਨ ਅਲ ਮਰੂਫ, ਬਿਜਲੀ ਬਿਜਲੀ ਕੀ ਤਰ੍ਹਾਂ ਕੜਕ ਰਿਹਾ ਹੈ। ਲਓ ਜੀ ਜਨਾਬ, ਦੰਗਲ ਸ਼ੁਰੂ ਹੈ, ਪੰਜਾਬੀਆਂ ਦਾ ਪਸੰਦੀਦਾ ਖੇਡ ਅਤੇ ਪੰਜਾਬੀਆਂ ਦੀ ਜਾਨ ਅਤੇ ਪੰਜਾਬੀਆਂ ਦੀ ਸ਼ਾਨ। ਲਓ ਜੀ ਇਮਰਾਨ ਬਾਜਵਾ ਸਾਹਿਬ ਦੀ ਸਪੈਸ਼ਲ ਫਰਮਾਇਸ਼ 'ਤੇ ਜਨਾਬ ਇਹ ਰਹਿਮਾਨ ਬਿਜਲੀ ਸਾਹਿਬ ਆਏ ਨੇ ਨਾਰਵਲ ਤੋਂ। ਜਨਾਬ ਬਿਜਲੀ ਨੂੰ ਹੌਸਲਾ ਅਫਜ਼ਾਈ ਵਾਸਤੇ ਸਪੈਸ਼ਲੀ ਤਮਾਮ ਲੋਕ ਉਹਨਾਂ ਨੂੰ ਹੌਸਲਾ ਅਫਜ਼ਾਈ ਵਾਸਤੇ ਪੈਸੇ ਦੇ ਰਹੇ ਨੇ।
ਬੜਾ ਰਸ਼ ਹੈ, ਬੜਾ ਕਰਾਊਡ ਹੈ ਔਰ ਗੁਰਦੁਆਰਾ ਤੋਂ ਆਉਣ ਦੇ ਨੇ ਅਤੇ ਇਸ ਕਮਾਲਪੁਰ ਦੀ ਸਰਜ਼ਮੀਨ 'ਤੇ ਬਹੁਤ ਬੜਾ ਦੰਗਲ, ਜ਼ਬਰਦਸਤ ਕਿਸਮ ਦੀ ਕਬੱਡੀ ਔਰ ਬਾਰਿਸ਼ ਦਾ ਮੌਸਮ ਹੈ। ਸਾਡੇ ਉੱਧਰ ਇਲਾਕੇ ਵੱਲ ਤਾਂ ਬੜੀ ਬਾਰਿਸ਼ ਹੋਈ ਹੈ ਲੇਕਿਨ ਇੱਧਰ ਬਾਰਿਸ਼ ਲੱਗਦਾ ਘੱਟ ਹੀ ਹੋਈ ਹੈ, ਜ਼ਮੀਨ ਗਿੱਲੀ ਜ਼ਰੂਰ ਹੈ ਪਰ ਇੰਨੀ ਨਹੀਂ। ਅਤੇ ਕੱਲ੍ਹ ਵੀ ਜਿਹੜਾ ਸਾਡੇ 30 ਜੂਨ ਨੂੰ ਸੈਯਦ ਸਿੱਦਕੀ ਸ਼ਾਹ ਦੇ ਜਨਾਬ ਮੇਲੇ ਉੱਤੇ ਵੀ ਕਬੱਡੀ ਹੋ ਰਹੀ ਹੈ, ਚੌਧਰੀ ਮੁਨੀਬ ਜ਼ਫਰ ਬਾਜਵਾ ਅਤੇ ਚੌਧਰੀ ਹਸੀਬ ਬਾਜਵਾ ਸਾਹਿਬ ਵੀ ਕਰਵਾ ਰਹੇ ਨੇ, ਉੱਥੇ ਵੀ ਬੜਾ ਦੰਗਲ ਹੋਏਗਾ ਕੱਲ੍ਹ। ਇਹ ਦੇਖੋ ਚੌਧਰੀ ਅਲੀ ਬਾਜਵਾ, ਚੌਧਰੀ ਇਮਰਾਨ ਬਾਜਵਾ, ਚੌਧਰੀ ਅਬੂ ਸੁਫੀਆਨ ਬਾਜਵਾ, ਚੌਧਰੀ ਆਸਮ।